ਉੱਥੇ ਜ਼ਰੂਰ ਕਰੀ। ਥੈਂਕ ਯੂ ਦੋਸਤੋ। ਐਂਡ ਅੱਜ ਪੰਜਾਬ ਵਿਧਾਨ ਸਭਾ ਦੇ ਅੰਦਰ ਮੇਰੇ ਵੱਲੋਂ ਮੂਵ ਕੀਤਾ ਇੱਕ ਕਾਲ ਅਟੈਂਸ਼ਨ ਜਿਹਨੂੰ ਧਿਆਨ ਦਿਵਾਓ ਪ੍ਰਸਤਾਵ ਟਰਾਂਸਪੋਰਟ ਮਾਫੀਏ ਦੇ ਉੱਤੇ, ਕਿਉਂਕਿ ਪੰਜਾਬ ਦੇ ਅੰਦਰ 10 ਸਾਲ ਸਰਕਾਰੀ ਸਾਡੀ ਰੋਡਵੇਜ਼ ਅਤੇ PRTC ਦਾ ਖੁੱਲ੍ਹ ਕੇ ਜਿਹੜਾ ਇਹ ਕਹਾਂ ਕਿ ਮਰਡਰ ਕੀਤਾ ਗਿਆ ਅਤੇ ਇੱਕ ਟੱਬਰ ਨੇ ਟਰਾਂਸਪੋਰਟ ਦੇ ਕਾਰੋਬਾਰ ਦੇ ਉੱਤੇ ਕਬਜ਼ਾ ਕਰ ਲਿਆ। ਉਹ ਮੈਂ ਅੱਜ ਉਹਦੇ 'ਤੇ ਬੋਲਦੇ ਹੋਏ NRI ਪੰਜਾਬੀ ਵੀਰਾਂ ਨੂੰ ਅਤੇ ਪੰਜਾਬ ਤੋਂ ਜਾਣ ਵਾਲੀਆਂ ਜਿਹੜੀਆਂ ਏਅਰਪੋਰਟ ਤੱਕ ਵੋਲਵੋ ਬੱਸੇ ਦੇ ਵਿੱਚ ਸਵਾਰੀ ਜਾਂਦੀ ਉਹਨੂੰ ਬੜੀ ਪਰੇਸ਼ਾਨੀ, ਬੜੀ ਮੁਸ਼ਕਲ। 700 ਰੁਪਈਆ ਜਦੋਂ ਵੋਲਵੋ ਰੋਡਵੇਜ਼ ਦੀ ਚੱਲਦੀ ਸੀ ਉਹਦਾ ਭਾੜਾ ਸੀਗਾ, ਅਤੇ ਜਿਹੜੀ ਹੁਣ ਬਾਦਲਾਂ ਦੀ ਇੰਡੋ ਕਨੇਡੀਅਨ, ਕਿਉਂਕਿ ਸਰਕਾਰੀ ਰੋਡਵੇਜ਼ ਦੀ ਵੋਲਵੋ ਬੱਸ ਨੂੰ ਬੰਦ ਹੋਇਆ ਤਕਰੀਬਨ 1 ਸਾਲ ਦਾ ਅਰਸਾ ਹੋ ਗਿਆ। 700 ਰੁਪਈਆ ਸੀ ਸਾਡੀ ਰੋਡਵੇਜ਼ ਦੀ ਵੋਲਵੋ ਦਾ ਏਅਰਪੋਰਟ ਤੱਕ, ਅਤੇ ਬਾਦਲਾਂ ਦੀ ਇੰਡੋ ਕਨੇਡੀਅਨ ਦਾ ਭਾੜਾ ਹੈਗਾ 3000 ਰੁਪਈਆ। ਸੋ ਮੈਂ ਉਹ ਗੱਲਾਂ ਸਤਿਕਾਰਯੋਗ ਮੰਤਰੀ ਅਤੇ ਸਰਕਾਰ ਦੇ ਧਿਆਨ 'ਚ ਵੀ ਤੁਸੀਂ ਰੋਡਵੇਜ਼ ਵਾਲੀ ਵੋਲਵੋ ਬੱਸ ਬੰਦ, ਕਹਿੰਦੇ ਜੀ ਉਹ ਕੋਰਟ ਦਾ ਮਸਲਾ ਆ ਗਿਆ, ਤੁਸੀਂ ਦਿੱਲੀ ਸਰਕਾਰ ਨਾਲ ਟੇਕਅਪ ਕਰੋ, ਆਮ ਆਦਮੀ ਪਾਰਟੀ ਵੀ ਤੁਹਾਨੂੰ ਅਸਿਸਟ ਕਰਨ ਲਈ ਤਿਆਰ ਆ, ਪਰ ਜਿਹੜੀ ਇੰਡੋ ਕਨੇਡੀਅਨ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਅੰਮ੍ਰਿਤਸਰ ਤੋਂ ਰਾਜਪੁਰੇ ਤੱਕ ਚੱਲਦੀ ਹੈ, ਉਹਦੇ ਕੋਲ ਸਟੇਜ ਕੈਰੇਜ ਪਰਮਿਟ ਨਹੀਂ ਹੈਗਾ, ਉਹਦੇ ਕੋਲ ਹੈਗਾ ਆਲ ਇੰਡੀਆ ਟੂਰਿਸਟ ਪਰਮਿਟ, ਮਤਲਬ ਕਿ ਉਹਨੇ ਅੰਮ੍ਰਿਤਸਰ ਤੋਂ ਸਵਾਰੀਆਂ ਚੜ੍ਹਾਈਆਂ, ਸਵਾਰੀਆਂ ਦੀ ਲਿਸਟ ਜੇ ਰਾਜਪੁਰੇ ਦਿੱਲੀ ਸ਼ੰਭੂ ਕਿਤੇ ਲਾਈਆਂ ਅਤੇ ਵਾਪਸੀ ਦੇ ਵਿੱਚ ਉਹੀ ਸਵਾਰੀਆਂ ਵਾਪਸ। ਬਾਦਲਾਂ ਦੀ ਇੰਡੋ ਕਨੇਡੀਅਨ ਬੱਸ ਦਿੱਲੀ ਦੀ ਗੱਲ ਛੱਡਦੀ ਹੈ, ਪੰਜਾਬ ਦੇ ਅੰਦਰ ਰੋਕਣ ਦੀ ਜ਼ਿੰਮੇਵਾਰੀ, ਮੰਤਰੀ ਸਾਹਿਬ ਚੁੱਪ ਅਤੇ ਖਾਮੋਸ਼ ਹੈ। ਔਰ ਬੱਸ ਅੱਡਿਆਂ ਦੇ ਵਿੱਚ ਰੋਡਵੇਜ਼ ਦੀ ਬੱਸ ਨੂੰ ਮਹਿਜ 2.5 ਮਿੰਟ ਸਵਾਰੀ ਭਰਨ ਲਈ, ਅਤੇ ਟਰਾਂਸਪੋਰਟ ਮਾਫੀਆ ਦੀਆਂ ਪ੍ਰਾਈਵੇਟ ਬੱਸਾਂ ਨੂੰ 9-9 ਮਿੰਟ ਸਵਾਰੀ ਭਰਨ ਵਾਸਤੇ, ਔਰ ਕੋਈ ਉਹਦਾ ਟਾਈਮ ਕੋਈ ਸਮਾਂ ਸੀਮਾ ਫਿਕਸ ਨਹੀਂ ਵੀ ਅਸੀਂ ਟਾਈਮ ਟੇਬਲ ਕਦੋਂ ਤੋਂ ਇੱਕ ਸਾਰ ਕਰ ਦਿਆਂਗੇ। ਐਂਡ ਦੂਸਰਾ ਨੰਬਰ, ਬਜਟ ਦੇ ਉੱਤੇ ਮੈਂ 2000 ਕਰੋੜ ਰੁਪਈਆ ਕਿਸਾਨ ਦੇ ਕਰਜ਼ਿਆਂ ਵਾਸਤੇ, ਹੁਣ ਕੈਪਟਨ ਅਮਰਿੰਦਰ ਸਿੰਘ ਮੈਂ ਯਾਦ ਕਰਾ ਕੇ ਆਇਆ ਵੀ ਕੈਪਟਨ ਸਾਹਿਬ ਤੁਸੀਂ ਲਕੀਰ ਫੇਰੀ ਸੀ, ਆੜ੍ਹਤੀਆਂ ਦਾ ਕਰਜ਼ਾ ਹੋਵੇ, ਕੋਪਰੇਟਿਵ ਦਾ ਹੋਵੇ, ਸਰਕਾਰੀ ਬੈਂਕਾਂ ਦਾ ਹੋਵੇ, ਵੀ ਅਸੀਂ ਇਹ ਸਾਰੇ ਕਰਜ਼ੇ ਜਿਹੜੇ ਲਕੀਰ ਮਾਰਤੀ ਕਿਸਾਨਾਂ ਨੂੰ ਦੇਣ ਦੀ ਲੋੜ ਨਹੀਂ, ਪਰ ਤੁਸੀਂ ਮੈਂ 2000 ਕਰੋੜ ਰੁਪਈਆ, ਤੀਜਾ ਬਜਟ ਆ, 2 ਬਜਟ ਤੁਹਾਡੇ ਕੋਲ ਹੋਰ ਆ, 1 ਲੱਖ ਕਰੋੜ ਰੁਪਈਆ ਦੇ ਕਰੀਬ ਕਿਸਾਨ ਅਤੇ ਖੇਤ ਦਲਿਤ ਮਜ਼ਦੂਰ ਸਾਡਾ ਕਰਜ਼ਾਈ ਹੈ, ਖੁਦਕੁਸ਼ੀਆਂ ਦੇ ਰਸਤੇ 'ਤੇ ਪਿਆ, ਕਿਵੇਂ ਤੁਸੀਂ ਅਚੀਵ ਕਰੋਗੇ 1 ਲੱਖ ਕਰੋੜ ਰੁਪਈਏ ਨੂੰ? ਔਰ ਇੰਡਸਟਰੀ ਦਾ ਬੁਰਾ ਹਾਲ ਹੈ, ਲੁਧਿਆਣੇ ਦੇ ਵਿੱਚ ਕੋਈ ਐਗਜੀਬਿਸ਼ਨ ਹਾਲ ਤੱਕ ਨਹੀਂ ਹੈਗਾ, ਲੁਧਿਆਣਾ ਮਾਨਚੈਸਟਰ ਆਫ ਇੰਡੀਆ, ਅਤੇ ਸਭ ਤੋਂ ਵੱਧ ਰੈਵਨਿਊ ਲੁਧਿਆਣੇ ਦੇ ਇੰਡਸਟਰੀਲਿਸਟ ਅਤੇ ਵਪਾਰੀ ਲੋਕ ਦਿੰਦੇ ਆ, ਲੁਧਿਆਣੇ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ। ਐਂਡ ਤੀਸਰਾ ਨੰਬਰ, ਸਾਡੇ ਕੋਲ ਸੋਰਸ ਆਫ ਇਨਕਮ ਕੀ ਆ? 2.5 ਲੱਖ ਕਰੋੜ ਰੁਪਈਏ ਦਾ ਕਰਜ਼ਾ ਇਸ ਬਜਟ ਦੇ ਵਿੱਚ, ਵਿੱਤ ਮੰਤਰੀ ਸਾਹਿਬ ਦਰਸਾ ਕੇ ਲਿਆ ਕਿ ਅਸੀਂ 2.5 ਲੱਖ ਕਰੋੜ ਦਾ ਕਰਜ਼ਾ ਦੇਣਾ, ਜਿਹਦਾ ਸਾਲਾਨਾ 20,000 ਕਰੋੜ ਰੁਪਈਆ ਵਿਆਜ ਆ। ਇਹ 2.5 ਲੱਖ ਕਰੋੜ ਰੁਪਈਆ ਕਰਜ਼ਾ ਉਤਾਰਨ ਦਾ ਸਾਡੇ ਕੋਲ ਰੂਟ ਕੀ ਹੈ? ਸਾਡੇ ਕੋਲ ਸੋਰਸ ਆਫ ਇਨਕਮ ਕੀ ਹੈ? ਅੰਦਰ ਦੱਬੀ ਜਵਾਨ ਦੇ ਵਿੱਚ ਕਾਂਗਰਸ ਦੇ ਵਿਧਾਇਕ ਮੰਤਰੀ ਇਹ ਗੱਲ ਬੋਲਦੇ ਆ ਕਿ ਪਾਣੀ ਦੀ ਕੀਮਤ, ਹੜ੍ਹਾਂ ਦਾ ਨੁਕਸਾਨ ਪੰਜਾਬ ਚੱਲੇ, ਅਤੇ ਪਾਣੀ ਦੀ ਕੀਮਤ ਪੰਜਾਬ ਲਵੇ ਹੀ ਨਾ ਕਿਸੇ ਦੇ ਕੋਲੋਂ, ਨਾ ਰਾਜਸਥਾਨ, ਨਾ ਦਿੱਲੀ ਅਤੇ ਨਾ ਹਰਿਆਣੇ ਦੇ ਕੋਲੋਂ। ਮੈਂ ਅੰਦਰ ਕਹਿ ਕੇ ਆਇਆ ਵੀ ਦਿੱਲੀ ਨੇ ਪਿਛਲੇ ਮਹੀਨੇ 21 ਕਰੋੜ ਰੁਪਈਆ ਹਿਮਾਚਲ ਪ੍ਰਦੇਸ਼ ਨੂੰ ਦੇਣਾ ਸ਼ੁਰੂ ਕੀਤਾ, 4 ਬੰਬੀਆਂ ਜੋਗਾ ਪਾਣੀ ਜਾ ਰਿਹਾ ਹਿਮਾਚਲ ਦਾ ਦਿੱਲੀ ਨੂੰ। ਐਂਡ ਹਰਿਆਣੇ ਵਾਲੇ ਦਿੱਲੀ ਤੋਂ ਪਾਣੀ ਦੀ ਕੀਮਤ ਵਸੂਲ ਕਰ ਰਹੇ ਆ, ਆਪਣੀ ਕੀ ਮਜਬੂਰੀ ਹੈ? ਆਪਣੇ ਕੋਲ ਕੋਈ ਨੋਟਾਂ ਦੇ ਢੇਰ ਲੱਗੇ ਪਏ ਆ ਵੀ ਸਰਪਲਸ ਰੈਵਨਿਊ ਸਟੇਟ ਸਾਡੀ, ਬਜਟ ਸਰਕਾਰ ਸਟੇਟ ਹੈਗੀ ਆ, ਸਾਡੀ ਸਟੇਟ ਦਾ ਦੋਸਤੋ ਕੰਗਾਲ ਆ। 2.5 ਲੱਖ ਕਰੋੜ ਰੁਪਈਆ ਕਰਜ਼ਾ ਲਾਉਣ ਦਾ ਇੱਕੋ ਹੀ ਰਸਤਾ ਕਿ ਪਾਣੀ ਦੀ ਕੀਮਤ ਦਾ ਬਿੱਲ ਬਣਾ ਕੇ ਭੇਜ ਦਿਓ ਰਾਜਸਥਾਨ ਨੂੰ, ਜੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਕਿਸਾਨਾਂ ਦੇ ਦਲਿਤ ਖੇਤ ਮਜ਼ਦੂਰਾਂ ਨੂੰ ਬਚਾਉਣਾ। ਰਾਜਨੀਤੀ ਕਿੰਨੀ ਦੇਰ ਤੱਕ ਆੜੇ ਆਏਗੀ? ਕਿੰਨੀ ਦੇਰ ਤੱਕ ਤੁਸੀਂ ਨੈਸ਼ਨਲ ਪਾਰਟੀਆਂ ਵਾਲੇ ਪੰਜਾਬ ਦੇ ਹਕੂਕਾਂ ਨਾਲ ਖੇਡਦੇ ਹੋਏ, ਪੰਜਾਬ ਦੇ ਹਕੂਕਾਂ ਨਾਲ ਗਦਾਰੀ ਕਰਦੇ ਹੋਏ ਉਹਨਾਂ ਸਟੇਟਾਂ ਦੇ ਅੰਦਰ ਸਿਰਫ ਆਪਣੀਆਂ ਮੁੱਖ ਮੰਤਰੀ ਅਤੇ ਸਰਕਾਰਾਂ ਬਣਾਉਣ ਤੱਕ ਸੀਮਤ, ਪੰਜਾਬ ਦੇ ਹਕੂਕ ਕਿੰਨੀ ਦੇਰ ਤੱਕ ਲਟਾਉਂਦੇ ਰਹੋਗੇ? ਸੋ ਅਫਸੋਸ ਹੈ ਦੋਸਤੋ ਕਿ ਜਿਹੜਾ ਬਜਟ ਸਤਿਕਾਰਯੋਗ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੇਸ਼ ਕੀਤਾ, ਇਹ ਸਿਰਫ ਸ਼ਾਇਰੋ ਸ਼ਾਇਰੀ ਦਾ ਚੰਗੇ ਸ਼ੇਅਰ ਲਿਖ ਕੇ ਪੇਸ਼ ਕੀਤਾ ਹੋਇਆ ਬਜਟ ਹੈ। ਇਹਦੇ ਵਿੱਚ ਕਿਸੇ ਵੀ ਵਰਗ ਲਈ, ਚਾਹੇ ਉਹ SC ਪੋਸਟ ਮੈਟ੍ਰਿਕ ਸਕਾਲਰਸ਼ਿਪ ਆ, ਉਹਨਾਂ ਦੇ ਜਿਹੜੇ ਬਕਾਏ ਖੜਿਆ, ਜਲੀਲ ਕੀਤਾ ਜਾ ਰਿਹਾ ਕਾਲਜ ਅਤੇ ਯੂਨੀਵਰਸਿਟੀਆਂ ਦੇ ਵਿੱਚ ਦਲਿਤ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ, ਉਹ ਪੈਸੇ ਦੇਣ ਦਾ ਕੋਈ ਕਿਤੇ ਪ੍ਰਬੰਧ ਬੰਦੋਬਸਤ ਨਹੀਂ ਹੈਗਾ।
मैं अंदर इस गल दे उत्ते भी बोल के आया भी अफसोस है कि अज लोग तुहानू पट्टां दे थापियां मार मार के चैलेंज करते हैं, जिन्होंने पंजाब दे अंदर चिट्टा बेचिया, जिन्होंने पंजाब की धरती के चिट्टे की गंदगी का बूटा लाया, केवल माफिया पंजाब दे अंदर बनाया, जिन्होंने ट्रांसपोर्ट माफिया बना के साडे पंजाब का खजाना लुटिया, अज वो लोग सरकार नूं पट्टां दे थापियां मार के चैलेंज करते। पिछे कारण की है? कारण दस के आया कि जिहड़े टब्बर दे विच नूं दी अटैचमेंट सहुरे दे नाल ज़्यादा हो जाए ना, प्यार ज़्यादा हो जाए सहुरे दे नाल, ओ नूं फिर परिवार के बाकी मैंबरां की परवाह नहीं मारती। अज अफसोस है कि वह लोग जिहड़े अंदर पट्टां दे थापियां मारदे आ सरकार नूं, मुख्यमंत्री कैप्टन अमरिंदर सिंह दे इशारे ते आशीर्वाद दे उत्ते आ, जिवें कि तुसीं दस्सिया कि सुखी रंधावा साहब बोल के गए, कल्ले सुखी रंधावा नहीं, मेरा ख्याल मजोरिटी दे विच एम एल ए साहबान, मजोरिटी दे विच मिनिस्टर साहबान मुख्यमंत्री साहब दे इस कमजोरी वाले वतीरे तो रज के दुखी है। मुख्यमंत्री साहब ने जो आल पार्टी मीटिंग की लोक इंसाफ पार्टी नूं उहदे विच नहीं बुलाया, रीजन बिहाइंड कि लोक इंसाफ पार्टी के कोले पंजाब दे पानियां दी कीमत रिपेरियन समेत बहुत वड्डी नॉलेज हैगी है। मुख्यमंत्री साहब डरदे सी, मुख्यमंत्री साहब नूं इशारा सी आल पार्टी मीटिंग दे विच प्रस्ताव पास करके भेजो ट्रिब्यूनल दा, उह प्रस्ताव नूं दूजे दिन हरियाणा दे मुख्यमंत्री खट्टर साहब ने प्रशंसा दित्ती, धन्यवाद किया, एप्रीशिएट किया भी बहुत चंगा किया। ट्रिब्यूनल साडा स्टेट राइट है, असेंबली का अधिकार है साडे पानियां दे उत्ते फैसले लैण दा, नो राष्ट्रपति नो प्रधानमंत्री नो सुप्रीम कोर्ट। कैप्टन अमरिंदर सिंह डरदे आ कि दो दिन का जे पानियां दे उत्ते सैशन बुला लिया फिर लोगों के सामने दुध का दुध ते पानी का पानी हो जाणा, जिहड़े पिछों मोदी सरकार दे आए हुए फरमान आ उह पूरे नहीं कैप्टन अमरिंदर सिंह कर सकणगे, इस करके सैशन दो दिन का सदन तो भजदे आ कैप्टन अमरिंदर सिंह। शुक्रिया दोस्तों।